ਲਹਿਰਾ 'ਚ ਸਿਆਸੀ ਵੱਕਾਰ ਦੀ ਲੜਾਈ ਹੈ। ਇੱਕ ਪਾਸੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਪੱਠਲ ਦਾ ਸਿਆਸੀ ਕੱਦ ਦਾਅ 'ਤੇ ਲੱਗਿਆ, ਦੂਜੇ ਪਾਸੇ ਢੀਂਡਸਾ ਪਰਿਵਾਰ ਦੇ ਫਰਜ਼ੰਦ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਨੂੰ ਲਹਿਰਾ ਤੋਂ ਜਿੱਤ ਦੀ ਰਾਹ ਤੈਅ ਕਰਵਾਉਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਨੇ ਇੱਥੋਂ ਜਸਵੀਰ ਸਿੰਘ ਕੁਦਾਣੀ ਨੂੰ ਸਿਆਸੀ ਕਿਲੇ 'ਚ ਸੰਨ ਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਮਾਲਵੇ ਦੇ ਇਸ ਹੌਟ ਹਲਕੇ 'ਚ 1,54,565 ਵੋਟਰ ਨੇ, ਪੋਲਿੰਗ ਬੂਥ 173 ਨੇ, ਪਰ ਸੂਬੇ ਨੂੰ ਪਹਿਲੀ ਮਹਿਲਾ ਮੁੱਖ ਮੰਤਰੀ ਦੇਣ ਵਾਲੇ ਇਸ ਹਲਕੇ ਦਾ ਲਿੰਗ ਅਨੁਪਾਤ ਚਿੰਤਾਜਨਕ ਹੈ। ਇੱਥੇ 1,000 ਮਰਦਾਂ ਪਿੱਛੇ 870 ਔਰਤਾਂ ਨੇ।